ਧੱਕੇ ਧੁੱਕੇ ਖਾਣੇ ਤਾਂ ਤੁਹਾਡੀ ਆਪਣੀ ਮਰਜ਼ੀ ਆ। ਪਰ ਉਹ ਤਾਂ ਬੰਬੇ ਚ ਹੀ ਫੜ ਲੈਂਦੇ ਆ, ਹੁਣ ਕਿੱਥੇ ਨਾ ਜਾ। ਹੌਲੀ ਹੌਲੀ ਪਹੁੰਚ ਜਾਣਾ ਬੰਬੇ ਵੀ, ਇਹਨਾਂ ਬਥੇਰਾ ਹੋ ਗਿਆ। और ये जिहड़ी गल्लां ने ना, देखो सानू इह करदे दुख भी है कि साडे भैण भाई कदों दे जाके बैठे ने दिल्ली बॉर्डर ते। बिलकुल बिलकुल, तुरे ते दिल्ली नूं सी, पर आपदी सरकार ने कहा तुसीं दिल्ली नहीं वड़ सकदे। किल लाते मोहरे वेखां लातियां। बिलकुल, इहो जिही भुखी सरकार हद हो गई। किल उत्थे लाओ तां जाके चाइना दे बॉर्डर ते, फिर सरदार ते पंजाबी ते हरियाणवी सारे गोरखे चेते आउंदे पे, उहनां नूं मोहरे करो। है ਹੁਣ ਜੇ ਮੋਹਰੇ ਹੁੰਦੇ ਆ ਤਾਂ ਤੁਸੀਂ ਹੋਰ ਦੇ ਦਿੰਦੇ। ਜਿੱਥੇ ਜਿੱਥੇ ਦੇ ਦੇਸ਼ ਵਾਸੀ ਆ ਉੱਥੇ ਜਾਣ ਨਹੀਂ ਦਿੰਦੇ, ਤੇ ਚਾਈਨਾ ਵਾਲੇ ਅੰਦਰ ਆ ਕੇ ਬੈਠੇ ਨੇ 15-20 ਕਿਲੋਮੀਟਰ, ਤੇ ਉਹਨਾਂ ਨੂੰ ਕਹਿੰਦੇ ਨਹੀਂ ਚੀਨੀ ਚੀਨੀ ਭਾਈ ਭਾਈ। ਉੱਥੇ ਭਾਈ ਭਾਈ ਵਾਲੀ ਗੱਲ ਹੋ ਜਾਂਦੀ। ਦੇਖੋ ਜੀ ਕੀ ਕਹਿੰਦੇ ਆ ਕਿ ਲਾਤੋ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਡੰਡੇ ਨਾਲ ਹੀ ਤੋੜਨਾ ਪੈਂਦਾ ਕਈਆਂ ਨੂੰ। ਫਿਰ ਗੱਲ ਤੇ ਆ ਨਾ, ਜਿਹਨੂੰ ਤੁਸੀਂ ਖਵਾਉਂਦੇ ਹੋ, ਜਿਹਨੂੰ ਤੁਸੀਂ ਪਾਲਦੇ ਹੋ, ਜਿਹਨੂੰ ਤੁਸੀਂ ਵੋਟਾਂ ਜਦੋਂ ਦਿੰਦੇ ਹੋ ਨਾ, ਉਦੋਂ ਇੱਕ ਆਸ ਵੱਜਦੀ ਹੈ ਲੋਕਾਂ ਨੂੰ। ਬਿਲਕੁਲ ਜੀ ਬਿਲਕੁਲ, ਉਮੀਦ ਹੁੰਦੀ ਹੈ ਕਿ ਵੀ ਇਹ ਜਿਹੜੀ ਸਰਕਾਰ ਹੈ ਇਹ ਵਧੀਆ ਕਰਨਾ। ਔਰ ਜਿਹੜੀ ਸਰਕਾਰ ਹੈ ਵੈਸੇ ਵੀ ਘਰ ਦੇ ਵਿੱਚ ਤੁਹਾਡੇ ਮਾਂ ਪਿਓ ਦਿੰਦੇ ਨੇ ਤੁਹਾਨੂੰ। ਜਦੋਂ ਅਸੀਂ ਪੂਰਾ ਪਿੰਡ ਜਾਂ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਆ ਤੇ ਸਰਕਾਰਾਂ ਦੇ ਹੱਥ ਹੁੰਦੇ। ਬਿਲਕੁਲ ਜੀ, ਸਹੀ ਕੰਮ ਕਰਨਾ ਚਾਹੀਦਾ ਹੈ। ਬਿਲਕੁਲ ਬਿਲਕੁਲ, ਸਰਕਾਰਾਂ ਦੇ ਹੱਥ ਚ ਹੈ। ਔਰ ਫਨੀਰ ਰਾਮ ਜੀ, ਮੈਂ ਸੋਚਦਾ ਸੀ ਦੇਖੋ ਸਰਕਾਰਾਂ ਜਿੱਥੇ ਗਲਤ ਬੰਦੇ ਚੁਣ ਲੈਂਦੇ ਲੋਕ, ਗਲਤ ਪ੍ਰਾਈਮ ਮਿਨਿਸਟਰ, ਗਲਤ ਲੀਡਰ ਬਣ ਜਾਂਦੇ ਆ। ਆਪਣੇ ਲੋਕ ਜਾਂਦੇ ਹੁੰਦੇ ਸੀ ਨਾ ਬਰਮਾ ਨੂੰ, ਤੇ ਬਰਮਾ ਦਾ ਅੱਜ ਕੀ ਹਾਲਤ ਹੈ, ਕਿਸੇ ਵੇਲੇ ਲੋਕ ਉੱਥੇ ਕਮਾਉਣ ਜਾਂਦੇ ਸੀ। ਬਿਲਕੁਲ, ਅੱਜ ਕਿਉਂਕਿ ਗਲਤ ਲੋਕ ਅੱਗੇ ਆ ਗਏ, ਗਲਤ ਲੋਕਾਂ ਦੇ ਹੱਥ ਵਿੱਚ ਦੇਸ਼ ਆ ਗਿਆ, ਤੇ ਐਗਜ਼ਾਮਪਲ ਸਾਡੇ ਸਾਹਮਣੇ, ਉੱਥੋਂ ਦੌੜ ਕੇ ਲੋਕ ਬੰਗਲਾਦੇਸ਼ ਵਿੱਚ ਜਾਣਾ ਸ਼ਾਨ ਸਮਝਦੇ। ਬੰਗਲਾਦੇਸ਼ ਕਿਹੜੇ ਦੇਸ਼ਾਂ ਚ ਦੇਸ਼ ਹੈ? ਬਿਲਕੁਲ ਬਿਲਕੁਲ, ਉਹ ਆਪ ਵਿਚਾਰਾ ਭੁੱਖ ਨੰਗ ਨਾਲ ਘੁਲਦਾ ਆ। ਪਰ ਇੱਕ ਗੱਲ ਆ, ਬੰਗਲਾਦੇਸ਼ ਦਾ ਰੁਪਈਆ ਇੰਡੀਆ ਦੇ ਰੁਪਈਏ ਨਾਲ ਉੱਚਾ ਹੋ ਗਿਆ। ਟਕਾ ਮੋਦੀ ਦੀ ਮਿਹਰਬਾਨੀ ਹੋ ਗਈ ਇਸ ਕੰਮ ਚ। ਬੰਗਲਾਦੇਸ਼ ਦੀ ਕਰੰਸੀ ਜਿਹੜੀ ਉਹ ਟਕਾ ਰੁਪਈਆ ਦੇ ਟਕੇ ਨਾਲ ਘਟ ਗਿਆ, ਇਹਦਾ ਟਕੇ ਨਾਲ ਰੁਪਈਆ ਨੀ ਇਹਦਾ। ਬੱਲੇ ਬਈ, ਤੁਹਾਡੇ ਅਰਥ ਸ਼ਾਸਤਰੀਆਂ ਦੇ ਬੜਾ ਤੁਸੀਂ ਕੰਮ ਚੱਕਿਆ ਦੇਸ਼ ਨੂੰ। ਦਰਅਸਲ ਨਾ ਇਹ ਹੈ ਤਾਂ ਇਹ ਹੋਰ ਕਿਸੇ ਨੂੰ ਕੰਮ ਨਹੀਂ ਕਰ ਦਿੰਦੇ, ਦੋਏ ਜਾਣੇ ਆਪਣੀਆਂ ਮਰਜ਼ੀਆਂ ਕਰਦੇ ਆ, ਤਾਂ ਸਾਰੀ ਖੇ ਸੁਆ ਪੈ ਰਹੀ ਆ। ਤੇ ਭਾਈ ਬਸ ਕਰੋ, ਹੁਣ ਜੇ ਨਹੀਂ ਬਸਦਾ ਰੋਗ, ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਢੀਂਗਾ ਬਾਜੇ, ਬਸ ਕਰੋ। ਇਹ ਆਪਣੇ ਜਿਹੜੇ ਤੁਸੀਂ ਜਿਹੜੀਆਂ ਯੂਨੀਵਰਸਿਟੀਆਂ ਚੋਂ ਪੜ੍ਹੇ ਹੋ, ਜਿੱਥੇ ਤੁਸੀਂ ਆਪਣੇ ਐਡੇ ਮਹਾਨ ਤੁਸੀਂ ਇਕਨੋਮਿਕਸ ਬਣ ਕੇ ਬਾਹਰ ਆਏ ਹੋ, ਬਸ ਕਰੋ, ਬੇਨਤੀ ਹੈ ਭਰਾਵਾ। ਯੂਨੀਵਰਸਿਟੀ ਨੂੰ ਵੀ ਏਦਾਂ ਦੇ ਯੂਨੀਵਰਸਿਟੀ ਕਹਿੰਦੇ ਆ। ਬਿਲਕੁਲ ਜੀ ਬਿਲਕੁਲ, ਤੇ ਸੋ ਭਾਈ ਜਿਹੜੇ ਐਕਟਰਾਂ ਦੀ ਗੱਲ ਚੱਲ ਰਹੀ ਸੀਗੀ ਤਾਂ ਬੜੀ ਮਾੜੀ ਗੱਲ ਵਾ। ਉਧਰ ਧਰਮਿੰਦਰ ਵੀ ਰੋਂਦਾ ਆ, ਹੁਣ ਰੋਣ ਦਾ ਕੀ ਫਾਇਦਾ। ਉਹਨੂੰ ਸਨੀ ਨੂੰ ਗਿਆ ਉਹਦਾ ਜੋਰ ਪਾ ਕੇ ਵੀ ਕਾਕਾ ਰਿਜ਼ਾਈਨ ਕਰ ਦੇ ਤੂੰ, ਉਹ ਵੀ ਮਾੜਾ ਮੋਟਾ ਜਮਾਂਗੇ। ਕੋਈ ਉੱਤੋਂ ਉੱਤੋਂ ਰੋਂਦਾ, ਖੁਦ ਤਾਂ ਕਹਿ ਹੀ ਸਕਦਾ ਵੀ ਮੈਂ ਹੱਕ ਚੱਕ ਸਕਦਾ ਨੇ। ਜੇ ਬੱਚਾ ਨਹੀਂ ਵੀ ਹੋਗਾ, ਇਟਸ ਓਕੇ, ਜ਼ਰੂਰੀ ਸਾਰਿਆਂ ਦੇ ਬੱਚੇ ਤੁਹਾਡੇ ਕਹਿਣੇ ਚ ਆ, ਪਰ ਧਰਮਿੰਦਰ ਖੁਦ ਆ ਜਿਵੇਂ ਵੀ ਮੈਂ ਤੁਹਾਡੇ ਨਾਲ ਖੜਾ ਆ, ਬਈ ਸਨੀ ਨੇ ਜਿੱਥੇ ਜਾਣਾ ਜਾਂ ਹੇਮਾ ਨੇ ਜਿੱਥੇ ਜਾਣਾ, ਹੇਮਾ ਨੇ ਜਿੱਥੇ ਜਾਣਾ ਨਾ ਕਵੇ। ਚਲੋ ਹੁਣ ਬਹੁਤੀਆਂ, ਬਹੁਤੀਆਂ ਨੂੰ ਜਾਂ ਔਰਤਾਂ ਨੂੰ ਸਮਝਣਾ ਜਿਹੜਾ ਇੰਨਾ ਸੌਖਾ ਨੀ, ਬਿਲਕੁਲ ਨੀ ਸੌਖਾ ਜੀ। ਔਰਤਾਂ ਨੂੰ ਸਮਝਣਾ ਤਾਂ ਬਿਲਕੁਲ ਹੀ ਸੌਖਾ ਨੀ, ਬਹੁਤ ਔਖਾ ਕੰਮ ਔਰਤ ਨੂੰ ਸਮਝਣਾ। ਇਹ ਮਤਲਬ ਸਾਰਿਆਂ ਨਾਲ ਔਖਾ ਕੰਮ ਆ, ਕੋਈ ਔਰਤ ਨੂੰ ਸਮਝ ਵੇ ਜੋ ਇੰਨਾ ਔਖਾ। ਅੱਛਾ, ਇਹਦੇ ਨਾਲ ਹੋਰ ਜ਼ਿਆਦਾ ਔਖਾ ਪਤਾ ਕੀ ਆ? ਇਹ ਤੋਂ ਕੁਛ ਔਖਾ, ਹਾਂ ਇਹ ਤੋਂ ਜ਼ਿਆਦਾ ਔਖਾ ਔਰਤ ਨੂੰ ਸਮਝਾਉਣਾ ਆ। ਔਰਤ ਨੂੰ ਸਮਝਣਾ ਔਖਾ ਆ, ਪਰ ਉਹ ਤੋਂ ਵੀ ਜ਼ਿਆਦਾ ਔਖਾ ਆ ਔਰਤ ਨੂੰ ਸਮਝਾਉਣਾ। ਰੱਬ ਤੁਹਾਡਾ ਭਲਾ ਕਰੇ, ਤੇ ਆਪਣਾ ਕਾਕਾ ਕੈਪਟਨ ਉਹ
जो पोती का विआह हो दादिया की मैली किदा हो दादिया दो पोती दी एक ने क्या होना सात श्री अकाल जी दूजी ने क्या होना वालेकुम सलाम सलाम अलैकुम चलो भाई की कहना किसी नू वैसे गल ए भाई गीत गाउंदा सीगा उत्थे विआह च बैठा अच्छा आवाज मेरे वर्गी ओहदी भी ऐदा ही लगदा सी जिदा कट्टा मझ नू देख के दुध मंग रिहा हुंदा आ ਅਸੀਂ ਕਿਸਾਨ ਆ ਕਿਸਾਨੀਆਂ ਵਾਲੀ ਗੱਲ ਕਰਨੀ ਆ ਹੋ ਸਕਦਾ ਦੁੱਧ ਹੀ ਮੰਗਦਾ ਹੋਵੇ ਕਿਸਾਨੀਆਂ ਵਾਲੀ ਗੱਲ ਨਾ ਕਰੀ ਅੱਗੇ ਜਿਹੜੀ ਤਾਕਤ ਹੈ ਨਾ ਜਿਹੜੀ ਦੁੱਧ ਚ ਆ ਉਹਨੀ ਹੋਰ ਕਿਸੇ ਚ ਨਹੀਂ ਬਿਲਕੁਲ ਜੀ ਬਿਲਕੁਲ ਅਜੇ ਮਸ਼ਹੂਰ ਨਹੀਂ ਲੱਗੇ ਜੀ ਮਿਲਕ ਡਸ ਆ ਬੋਡੀ ਗੁੱਡ ਤੇ ਕੈਪਟਨ ਸਾਹਿਬ ਤੁਸੀਂ ਵੀ ਬਸ ਆਪਣੇ ਪੋਲਿਟਿਕਸ ਵੱਲ ਧਿਆਨ ਕਰੋ ਪੰਜਾਬ ਨੂੰ ਕੋਈ ਸੁਧਾਰੋ ਪੰਜਾਬ ਦਾ ਫਿਕਰ ਕਰੋ ਤੇ ਗਾਣਾ ਗੁਣਾ ਛੱਡ ਦਿਓ ਤੁਹਾਡੇ ਪਾਸ ਸਦਾ ਰੋਗ ਨਹੀਂ ਇਹ ਜਿਹੜਾ ਉਹ ਕੰਮ ਕਰਦਾ ਉਹਦੇ ਬਸ ਦਾ ਉਹ ਵੀ ਨਹੀਂ ਵੈਸੇ ਤਾਂ ਉਹਦੇ ਬਸ ਦਾ ਉਹਦੇ ਬਸ ਹੀ ਤਾਂ ਮਸੀਹ ਸਾਹ ਲੈਣਾ ਸਾਹ ਲੰਘੇ ਨੂੰ ਸਾਹ ਚੜ ਜਾਂਦਾ ਵੈਸੇ ਮੈਂ ਨੋਟ ਕੀਤਾ ਥੋੜਾ ਜਿਹਾ ਭਾਰ ਘਟਿਆ ਹੈ ਉਹਦਾ ਪਹਿਲਾਂ ਨਾਲ ਅੱਛਾ ਹੱਦੋ ਕੀ ਉਹਨੂੰ ਕੀ ਹੋ ਗਿਆ ਥੋੜੀ ਜਿਹਾ ਸਲੇਮ ਸਲੇਮ ਲੱਗਦਾ ਅੱਛਾ ਉਹ ਦੂਸਰਾ ਨੇ ਚਾੜਿਆ ਹੋਣਾ ਸਾਈਕਲ ਤੇ ਵੀ ਭਾਈ ਥੋੜੀ ਜਿਹਾ ਕਾਰਡੀਓ ਕਰ ਕਾਰਡੀਓ ਤਾਂ ਪਤਾ ਨਹੀਂ ਉਹ ਕਰਦਾ ਕਿ ਨਹੀਂ ਕਰਦਾ ਪਰ ਇਹ ਮੈਂ ਸੁਣਿਆ ਕਹਿੰਦੇ ਪਤੀਲਾ ਕਹਿੰਦਾ ਮਟਨ ਦਾ ਖਾਂਦਾ ਰੋਜ਼ ਅੱਛਾ ਹਾਂ ਵਾਹ ਜੀ ਵਾਹ ਚਲੋ ਜੋ ਮਰਜ਼ੀ ਖਾਵੇ ਪੀਵੇ ਹਾਂ ਕਿਸਾਨਾਂ ਦਾ ਪੰਜਾਬੀਆਂ ਦਾ ਆਪਣੇ ਮੁਲਕ ਆਪਣੇ ਦੇਸ਼ ਦਾ ਆਪਣੇ ਪ੍ਰਾਂਤ ਦਾ ਸਟੇਟ ਦਾ ਖਿਆਲ ਰੱਖੋ ਭਾਈ ਸਾਹਿਬ ਕੈਪਟਨ ਸਾਹਿਬ ਤੁਹਾਨੂੰ ਮਤਲਬ ਇੰਨਾ ਰੱਬ ਨੇ ਦਿੱਤਾ ਆ ਅਸਲੀ ਕੈਪਟਨ ਬਣੋ ਇਹ ਥੋੜੀ ਭਾਈ ਤੁਸੀਂ ਗੱਲਾਂ ਮੰਨੀ ਜਾਣੀਆਂ ਸੈਂਟਰ ਦੀਆਂ ਤੇ ਕਿਸਾਨਾਂ ਨੂੰ ਤੁਸੀਂ ਦੱਬੀ ਜਾਣਾ ਥੋੜੀ ਸ਼ੇਰ ਬਣੋ ਹੁਣ ਪਰ ਸ਼ੇਰ ਤਾਂ ਵਜੇਗਾ ਲੱਤਾਂ ਹੀ ਭਰ ਜਾਂਦੀਆਂ ਜਨਾਨੀਆਂ ਨੂੰ ਸੈਂਡਲਾਂ ਦਾ ਬੜਾ ਸ਼ੌਕ ਆ ਜੁੱਤੀਆਂ ਇੱਥੇ ਇੰਗਲੈਂਡ ਕਨੇਡਾ ਅਮਰੀਕਾ ਆਸਟ੍ਰੇਲੀਆ ਵੇਖ ਲਓ ਕਈ ਲੇਡੀਜ਼ ਦੀ ਇੱਕ ਅਲਮਾਰੀ ਪੂਰੀ ਸੈਂਡਲਾਂ ਜੁੱਤੀਆਂ ਨਾਲ ਹੀ ਭਰੀ ਹੋਈ ਦੋ ਦੋ ਸੌ ਜੋੜੇ ਨੇ ਜੁੱਤੀਆਂ ਹਾਂ ਬਿਲਕੁਲ ਤੇ ਜਨਾਨੀ ਗਈ ਸ਼ੌਪ ਤੇ ਅੱਛਾ ਸੈਂਡਲ ਲੈਣ ਨਵੇਂ ਅੱਛਾ ਤਾਂ ਕਹਿੰਦੀ ਆਹ ਵੀ ਡੱਬਾ ਦਿਖਾ ਦਿਓ ਆਹ ਵੀ ਡੱਬਾ ਦਿਖਾ ਦਿਓ ਆਹ ਵੀ ਦਿਖਾ ਦਿਓ ਸਾਰੀ ਜੀ ਉਹਨੂੰ ਦੁਕਾਨ ਦੇ ਜਿੰਨੇ ਸੈਂਪਲ ਸੀਗੇ ਸਾਰੇ ਹੀ ਦੇਖ ਲਏ ਉਹਨੂੰ ਘੰਟੇ ਡੇਢ ਘੰਟੇ ਚ ਅੱਛਾ ਤੇ ਜੁੱਤੀ ਉਹਨੂੰ ਪਸੰਦ ਕੋਈ ਨਾ ਆਈ ਹਾਂ ਫਿਰ ਦੁਕਾਨ ਵਾਲਾ ਵੀ ਬੇਚਾਰਾ ਮੈਂ ਸਾਰਾ ਖਲਾਰਾ ਪਾਤਾ ਵੀ ਦੱਸ ਬੀਬੀ ਤੋਂ ਲੈਣਾ ਤੇ ਗੱਲ ਕਰ ਕਹਿੰਦਾ ਬੀਬੀ ਜੀ ਹੁਣ ਤਾਂ ਤੁਸੀਂ ਸਾਰੇ ਹੀ ਡੱਬੇ ਦੇਖ ਲਏ ਆ ਸਾਰੇ ਸੈਂਪਲ ਦੇਖ ਲਏ ਸਾਡੇ ਹੁਣ ਤੁਸੀਂ ਇਹਨਾਂ ਚੋਂ ਲੈ ਲਓ ਜਿਹੜਾ ਲੈਣਾ ਆ ਉਹਦੀ ਨਜ਼ਰ ਗਈ ਇੱਕ ਡੱਬੇ ਤੇ ਅੱਛਾ ਕਹਿੰਦਾ ਕਹਿੰਦੀ ਭਾਈ ਉਹ ਡੱਬਾ ਨੀ ਮੈਂ ਹਜੇ ਦੇਖਿਆ ਖਿਲਾ ਕੇ ਅੱਛਾ ਉਹ ਵੀ ਲਿਆ ਕਹਿੰਦਾ ਬੀਬੀ ਜੀ ਜਾਣਦੇ ਹੋ ਉਹ ਮੇਰਾ ਰੋਟੀ ਵਾਲਾ ਡੱਬਾ ਕਹਿੰਦਾ ਸੈਂਡਲਾਂ ਵਾਲੇ ਸਾਰੇ ਦੇਖ ਲਿਆ ਤੇ ਲਓ ਜੀ ਹੁਣ ਤੁਸੀਂ ਦੇਖੋ ਕੁਛ ਕੁਆਸ਼ਨ ਤੇ ਅਸੀਂ ਮੁੜ ਕੇ ਤੁਹਾਨੂੰ ਦੇਖ